ਪੰਜਾਬ ਦੀਆਂ ਜੇਲ੍ਹਾਂ ਨਾਲ ਜੁੜਿਆ ਹੋਇਆ ਇੱਕ ਅਹਿਮ ਖੁਲਾਸਾ ਹੋਇਆ ਏ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਜਾਣਕਾਰੀ ਮੁਤਾਬਕ ਜੇਲ੍ਹਾਂ ਵਿੱਚ ਰੱਖੇ ਗਏ ਬੰਦੀਆਂ ਦੀ ਗਿਣਤੀ ਤੈਅਸ਼ੁਦਾ ਗਿਣਤੀ ਨਾਲੋਂ 95% ਤੱਕ ਜ਼ਿਆਦਾ ਏ। ਇਨ੍ਹਾਂ ਜੇਲ੍ਹਾਂ ਵਿੱਚ ਗੈਰ ਮਨੁੱਖੀ ਹਾਲਾਤ ਵਿੱਚ ਰੱਖੇ ਗਏ ਬੰਦੀਆਂ ਨੂੰ ਭਵਿੱਖ ਵਿੱਚ ਸੁਧਾਰਨ ਦੇ ਲਈ ਸਰਕਾਰ ਦੀ ਕੋਈ ਵੀ ਠੋਸ ਨੀਤੀ ਨਹੀਂ। ਆਪ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਵਿੱਚ ਸੁਧਾਰ ਲਈ ਕੋਈ ਖਾਸ ਉਪਰਾਲਾ ਵੀ ਨਹੀਂ ਕੀਤਾ ਜਾ ਰਿਹਾ। ਕਾਬਲੇ ਗੌਰ ਹੈ ਕਿ ਇਹ ਸਾਰਾ ਖੁਲਾਸਾ RTI ਰਾਹੀਂ ਹੋਇਆ ਏ। ਜਿਹੜੀ ਜਾਣਕਾਰੀ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਹੈ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਦੇ ਕੋਲੋਂ, ਉਹਦੇ 'ਚ ਦੋ ਗੱਲਾਂ ਸਾਹਮਣੇ ਆਈਆਂ ਨੇ। ਪਹਿਲੀ ਗੱਲ ਤਾਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨਾਂ ਨੂੰ, ਬੰਦੀਆਂ ਨੂੰ ਗੈਰ ਮਨੁੱਖੀ ਹਾਲਾਤਾਂ ਦੇ ਵਿੱਚ ਰੱਖਿਆ ਜਾ ਰਿਹਾ, ਆਥੋਰਾਈਜ਼ਡ ਕਪੈਸਿਟੀ ਨਾਲੋਂ ਦੁੱਗਣੀ ਕਪੈਸਿਟੀ ਦੇ ਵਿੱਚ ਉਹਨਾਂ ਨੂੰ ਉੱਥੇ ਠੋਸ ਕੇ ਰੱਖਿਆ ਹੋਇਆ। ਵੱਖ ਵੱਖ ਜੇਲ੍ਹਾਂ ਦੇ ਜੇ ਅੰਕੜਿਆਂ ਦੀ ਗੱਲ ਕਰੀਏ, ਸੈਂਟਰ ਜੇਲ੍ਹ ਫਿਰੋਜ਼ਪੁਰ ਦੇ ਵਿੱਚ ਪੁਰਸ਼ ਕੈਦੀਆਂ ਦੀ ਜਿਹੜੀ ਆਥੋਰਾਈਜ਼ਡ ਕਪੈਸਿਟੀ ਹੈ ਉਹ 1100 ਹੈ, ਪਰ ਉੱਥੇ 1214 ਪੁਰਸ਼ ਕੈਦੀਆਂ ਨੂੰ ਰੱਖਿਆ ਗਿਆ। ਸਭ ਤੋਂ ਜ਼ਿਆਦਾ ਜਿਹੜਾ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਦੇ ਵਿੱਚ 338 ਪੁਰਸ਼ ਕੈਦੀਆਂ ਦੀ ਜਿਹੜੀ ਆਥੋਰਾਈਜ਼ਡ ਕਪੈਸਿਟੀ ਹੈ, ਪਰ ਉੱਥੇ 660 ਨੂੰ ਰੱਖਿਆ ਗਿਆ, ਜੋ ਕਿ 95% ਆਥੋਰਾਈਜ਼ਡ ਕਪੈਸਿਟੀ ਨਾਲੋਂ ਜ਼ਿਆਦਾ ਉੱਥੇ ਪੁਰਸ਼ ਕੈਦੀ ਰੱਖੇ ਗਏ ਨੇ। ਇਸ ਤਰ੍ਹਾਂ ਦੇ ਨਾਲ ਪੰਜਾਬ ਦੀਆਂ ਹੋਰ ਜੇਲ੍ਹਾਂ ਦੇ ਵਿੱਚ ਵੀ 71% 60% 50% ਜਿਹੜੀ ਆਥੋਰਾਈਜ਼ਡ ਕਪੈਸਿਟੀ ਨਾਲੋਂ ਜ਼ਿਆਦਾ ਕੈਦੀਆਂ ਨੂੰ ਰੱਖਿਆ ਗਿਆ ਹੈ। ਸਿਰਫ ਪੁਰਸ਼ ਕੈਦੀਆਂ ਦੀ ਗੱਲ, ਬੰਦੀਆਂ ਦੀ ਗੱਲ ਨਹੀਂ ਹੈ, ਜਿਹੜੀ ਮਹਿਲਾ ਬੰਦੀਆਂ ਨੂੰ ਵੀ ਆਥੋਰਾਈਜ਼ ਕਪੈਸਿਟੀ ਨਾਲੋਂ 84% ਤੱਕ ਜ਼ਿਆਦਾ ਗਿਣਤੀ ਦੇ ਵਿੱਚ ਰੱਖਿਆ ਗਿਆ ਹੈ। ਦੂਜੀ ਜਾਣਕਾਰੀ ਇਹ ਹੈ ਕਿ ਸੁਧਾਰ ਘਰ ਜ਼ਿਲ੍ਹਿਆਂ ਦੇ ਬਾਹਰ ਲਿਖਿਆ ਹੋਇਆ, ਸੁਧਾਰਵਾਦੀ ਸਾਡੀ ਪਾਲਿਸੀ ਹੈ ਸਜ਼ਾ ਦੇਣ ਦੀ, ਪਰ ਜੇਲ੍ਹਾਂ ਦੇ ਵਿੱਚੋਂ ਜੋ ਜਾਣਕਾਰੀ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਹੈ ਉਹਦੇ ਮੁਤਾਬਕ ਜੇਲ੍ਹਾਂ ਦੇ ਵਿੱਚ ਕਾਉਂਸਲਿੰਗ ਰਾਹੀਂ, ਮਨੋਵਿਗਿਆਨਕਾਂ ਰਾਹੀਂ, ਧਾਰਮਿਕ ਮਾਹਿਰਾਂ ਰਾਹੀਂ ਜਾਂ ਕਿਸੇ ਹੋਰ ਠੋਸ ਨੀਤੀ ਰਾਹੀਂ ਕੋਈ ਪ੍ਰਬੰਧ ਨਹੀਂ ਹੈ ਕ੍ਰਿਮੀਨਲ ਨੂੰ ਸੁਧਾਰਨ ਦਾ, ਸੁਧਾਰ ਕੇ ਸਹੀ ਰਸਤੇ 'ਤੇ ਲਿਆਉਣ ਦਾ। ਗੌਰਮੈਂਟ ਦੀ ਕੋਈ ਪਾਲਿਸੀ ਨਹੀਂ ਹੈ।